اے اللہ ہم تیری ہی عبادت کرتے ہیں اور تجھ سے مدد مانگتے ہیں۔ آواز کی دنیا کے دوستو السلام علیکم، میرا انیمل ٹی وی تے خوش آمدید۔ میں تہاڈا میزبان محمد افضل تے تسی ویکھدے پئے ہو میرا انیمل ٹی وی۔ میرا انیمل ٹی وی لائک کرو، سبسکرائب کرو، شکریہ تے نال ہی لگے بیل آئیکن دے بٹن دباؤ تاکہ میری ہر نویں آن والی لیٹسٹ ویڈیو دوستاں میرا تک سب تو پہلے پہنچے۔ جناب میری دعا ہے، میں امید کرنا میرے دوست ویر، میرے سبسکرائبر اور میرے انیمل ٹی وی نال پیار کرن والے جتھے بھی وس رہے ہیں خوش وس رہے ہیں، اللہ تعالیٰ دی ٹیرم تے نازل ہو رہی ہیں۔ جناب میرے انیمل ٹی وی دا ایک نعرہ مشن ہے، گھر دا دودھ گھر دی چاہ، لا پھینڈا تے پی چاہ۔ اس مشن تے میرے انیمل ٹی وی دا قافلہ رواں دا ہے۔ اسی مشن تے اج جڑی گائے ویڈیو لے کے حاضر ہوا، ماشاء اللہ چولستانی تے جرسی کراس ہے، دوسرا وارہ سوئی ہے، سوئی نو اج ہو گیا جناب 3 دن، پیچھے وچھی ہے، تازہ سوئی ہے، بوڑے دے وچ چوائی ہے، چوائی نمبر 5 یا 6 جنی بھی ہے ماشاء اللہ، اس ٹائم بوڑے دے وچ گائے دہاواں گے، نال نال گلا شیئر کران گے، باقی دوستاں دسی دا ہے۔ صاف ستھرا سچا تے کھرا جانور لینا ہوے تے میرا انیمل ٹی وی تو لینا ہے، پچھتاوا لینا ہوے تے جتھوں مرضی لے لینا ہے، کھوٹے سکیاں تو بچنا ہے۔ گائے دہانے ہاں تے نال نال گلا شیئر کرنے، دہاؤ جی گائے۔ لو جی دوستو ماشاء اللہ جی گائے آ گئی جناب دوستاں میرے دے سامنے۔ سب تو پہلے جناب دوستاں میرے نوں دسیے گائے دا رنگ، گائے دا پرنٹ، صوبہ پنجاب پاکستان دی شان ہے۔ اے رنگ ماشاء اللہ بڑا مشہور رنگ ہے، گائے دی جناب ایک تصویر ہے، ایک پرنٹ ہے جڑا کہ دوستاں میرے دے سامنے، چولستانی جرسی کراس ہے، دوجن ویڑی ہے ماشاء اللہ۔ گائے دا قد پورا، گائے دے کولے لمبائیاں پوریاں ماشاء اللہ۔ یہ گائے دی جناب ਖੱਬੀ ਸਾਈਡ ਹੈ ਦੋਸਤਾਂ ਵੀਰਾਂ ਨੇ ਜਨਾਬ ਪੈਰਾਂ ਦੇ ਖੁਰਾਂ ਤੋਂ ਲੈ ਕੇ ਅਤੇ ਕੰਢ ਤੱਕ ਨਜ਼ਰ ਮਾਰਨੀ ਹੈ ਮਾਸ਼ਾਅੱਲਾ। ਕੰਢ 'ਤੇ ਬਿਲਕੁਲ ਜਨਾਬ ਫੱਟੀ ਲੱਗੀ ਹੋਈ ਹੈ ਕਿਉਂਕਿ ਚੋਲਸਤਾਨੀ ਅਤੇ ਜਰਸੀ ਕਰਾਸ ਹੈ, ਨਾ ਇਹ ਗਰਮੀ ਕਰੇਗੀ ਨਾ ਇਹ ਸਰਦੀ ਕਰੇਗੀ। ਆਉਣ ਵਾਲਾ ਮੌਸਮ ਟੈਂਪਰੇਚਰ ਗਰਮੀ ਦਾ ਅਤੇ ਅੱਲਾ ਦੇ ਫਜ਼ਲ ਦੇ ਨਾਲ ਭਰਪੂਰ ਮੁਕਾਬਲਾ ਕਰੇਗੀ। ਔਰ ਇਸ ਕਰਾਸ ਦੇ ਵਿੱਚ ਦੁੱਧ ਵੀ ਸਫੈਦ ਹੁੰਦਾ ਹੈ, ਮਿੱਠਾ ਹੁੰਦਾ ਹੈ, ਗਾੜਾ ਹੁੰਦਾ ਹੈ। ਅੱਗੇ ਕਰੋ ਜੀ, ਇਹ ਗਾਏ ਦੀ ਦੂਸਰੀ ਸਾਈਡ ਹੈ ਜਨਾਬ, ਦੋਸਤ ਵੀਰ ਤਸੱਲੀ ਕਰ ਲੈਣ, ਦੋਨਾਂ ਸਾਈਡਾਂ ਤੋਂ ਇੱਕ ਹੀ ਤਸਵੀਰ ਹੈ ਮਾਸ਼ਾ ਅੱਲਾ। ਔਰ ਗਾਏ ਦੇ ਕੋਲ ਕੱਦ ਵੀ ਪੂਰਾ ਹੈ, ਲੰਬਾਈਆਂ ਵੀ ਪੂਰੀਆਂ ਨੇ ਅਤੇ ਆਰਡਰ ਕੁਆਲਿਟੀ ਸੁਬਾਨ ਤੇਰੀ ਕੁਦਰਤ, ਬੜਾ ਵੱਡਾ ਆਰਡਰ ਕੁਆਲਿਟੀ ਹੈ ਇਹ ਮਾਸ਼ਾ ਅੱਲਾ। ਗਾਏ ਦੀ ਫੇਸ ਕੁਆਲਿਟੀ ਹੈ ਸੋਹਣੀ ਬੂਥੀ ਅਤੇ ਸੋਹਣੀ ਮੋਟੀ ਮੋਟੀ ਅੱਖ ਮੱਥੇ ਦੇ ਉੱਤੇ ਰੱਖੀ ਪਈ ਕਿਉਂਕਿ ਜਰਸੀ ਵਾਲੀ ਹੈ। ਕੰਨ ਸੋਹਣਾ ਅਤੇ ਸਿੰਘ 4-4 ਉਂਗਲ ਜਾਂ 5-5 ਉਂਗਲ ਦਾ, ਜਿੰਨਾ ਵੀ ਹੈ ਉਹ ਅੱਲਾ ਤਾਲਾ ਦੀ ਸ਼ਾਨ ਹੈ, ਅੱਲਾ ਤਾਲਾ ਦੀ ਦੇਣ ਹੁੰਦੀ ਹੈ ਜਾਨਵਰ ਨੂੰ ਜਿਸ ਤਰ੍ਹਾਂ ਮਰਜ਼ੀ ਬਣਾਵੇ। ਬਾਕੀ ਜਨਾਬ ਦੋਸਤਾਂ ਵੀਰਾਂ ਦੇ ਸਾਹਮਣੇ ਟੋਰ ਕੇ ਦਿਖਾਉਂਦੇ ਹਾਂ, ਦੋਨਾਂ ਸਾਈਡਾਂ ਤੋਂ ਸੋਹਣੀ ਹੈ, ਪੇਟ ਕਸਮਾ, ਵੱਖੀ ਛੋਟੀ ਹੈ, ਪੁੱਠਾ ਪੂਰਾ ਮਾਸ਼ਾ ਅੱਲਾ। ਟੋਰ ਕੇ ਦਿਖਾਓ ਜੀ, ਦਿਖਾਓ ਟੋਰ। ਇਹ ਜਨਾਬ ਗਾਏ ਦੀਆਂ ਟੋਰਾਂ ਨੇ, ਟੋਰੋ ਟੋਰ ਲੰਬੀ ਟੋਰੋ। ਇਹ ਜਨਾਬ ਦੋਸਤ ਵੀਰ ਗਾਏ ਦੀਆਂ ਟੋਰਾਂ ਵੇਖ ਲੈਣ, ਇੱਕ ਇੱਕ ਕਦਮ 'ਤੇ ਜਨਾਬ ਨਜ਼ਰ ਰੱਖਣੀ ਹੈ। ਔਰ ਜਨਾਬ ਆਰਡਰ ਕੁਆਲਿਟੀ ਗਾਏ ਦੇ ਕੋਲ ਬੜਾ ਨਵਾਬੀ, ਢੇਰ ਨਵਾਬ ਆਰਡਰ ਕੁਆਲਿਟੀ ਮਾਸ਼ਾ ਅੱਲਾ। ਜਰਸੀ ਵਾਲਾ ਲਿਬਾਸਵਾਨਾ, ਥਣ ਚੋਲਸਤਾਨ ਦਾ ਪਾਵਰ ਵਾਲਾ ਲਿਆਓ, ਇੱਧਰ ਲਿਆਓ। ਇੱਕ ਦੀਆਂ ਦੋ ਗਾਵਾਂ, ਪਿੱਛੇ ਵੱਛੀ, ਪਿੱਛੇ ਬਛੜੀ, ਗਾਏ ਦੂਜਣ ਵੈੜੀ, ਮੂੰਹੋਂ 6 ਦੰਦ, ਮੂੰਹੋਂ 6 ਛਿੱਗੀ ਮਾਸ਼ਾ ਅੱਲਾ। ਔਰ ਦੋਸਤਾਂ ਵੀਰਾਂ ਨੇ ਆਰਡਰ ਕੁਆਲਿਟੀ ਦਿਖਾਉਣਾ, ਇੱਕ ਚੱਕਰ ਹੋ ਲਵਾਓ ਜੀ, ਆਰਡਰ ਕੁਆਲਿਟੀ ਦਿਖਾਈਏ ਅਤੇ ਸੁਬਾਨ ਤੇਰੀ ਕੁਦਰਤ, ਬੜਾ ਵੱਡਾ ਆਰਡਰ ਕੁਆਲਿਟੀ
ਜਿਸ ਤਰ੍ਹਾਂ ਕਿ ਥਣ ਲਾਜਵਾਬ ਏ ਔਰ ਪੂਰੀਆਂ ਵੰਡਾਂ ਵਿਰਲਾਂ ਅਤੇ ਸੋਹਣਾ ਇਹ ਜਨਾਬ ਆਰਡਰ ਕੁਆਲਿਟੀ ਵੇਖਣਾ ਦੋਸਤਾਂ ਮੇਰਾ ਨੇ। ਲੈ ਚਲੋ ਮੋੜੋ ਮੋੜੋ ਲੈ ਆਓ ਜੀ ਵਾਪਸ ਲੈ ਆਓ। ਮਾਸ਼ਾਅੱਲਾ ਇਹ ਜਨਾਬ ਦੋਸਤੋ ਪਿੱਛੇ ਵੱਛੀ ਹੈ, ਮਾਂ ਚੋਲਸਤਾਨੀ ਜਰਸੀ ਕਰਾਸ ਦੇ ਵਿੱਚ ਅਤੇ ਵੱਛੀ ਵੀ ਚੋਲਸਤਾਨੀ ਜਰਸੀ ਕਰਾਸ ਦੇ ਵਿੱਚ ਨਾੜੂਆ ਨਾਲ ਖੜਾ ਅਤੇ ਜਨਾਬ ਤੀਸਰੇ ਦਿਨ ਦੀ ਸੂਈ ਹੋਈ ਹੈ ਬੋਲੇ ਦੇ ਵਿੱਚ। ਜਨਾਬ ਚੁਆਈ ਕਰਾਵਾਂਗੇ ਦੋਸਤਾਂ ਮੇਰਿਆਂ ਨੂੰ, ਬਾਕੀ ਜਨਾਬ ਹੁਣ ਵੱਛੀ ਲਾਉਂਦੇ ਹਾਂ ਅਤੇ ਦੋਸਤਾਂ ਮੇਰਿਆਂ ਨੂੰ ਲਾਈਵ ਦੁੱਧ ਦਹਾਨੇ ਆ। ਕਿੰਨਾ ਬੋਲਾ ਹੈ ਮਾਸ਼ਾਅੱਲਾ, ਵੱਛੀ ਲਾਓ ਜੀ, ਵੱਛੀ ਲਾਓ। ਮਾਸ਼ਾਅੱਲਾ ਜੀ ਦੋਸਤਾਂ ਵੀਰਾਂ ਨੇ ਥਣ ਦੇਖਣਾ ਬੜਾ ਪਾਵਰ ਵਾਲਾ ਔਰ ਪੂਰੀਆਂ ਵੰਡਾਂ ਵਿਰਲਾਂ ਅਤੇ ਸੋਹਣੀਆਂ ਵਿਰਲਾਂ, ਪੂਰੀ ਸ਼ੌਕੀਨ ਵੈੜੀ ਮੁਸ਼ਕਨ ਵੈੜੀ ਬਾਲਟੀ ਦਿਖਾ ਦੇ ਚੰਨ ਮਾਈ ਅਤੇ ਇੱਕ ਇੱਕ ਥਣ ਦੀ ਧਾਰ ਮਾਰ ਕੇ ਤਸੱਲੀ ਕਰਵਾ ਦੇ। ਮਾਸ਼ਾਅੱਲਾ ਸੁਭਾਨ ਤੇਰੀ ਕੁਦਰਤ, ਬੜਾ ਸੋਹਣਾ ਚੁਆ, ਮੋਟਾ ਚੁਆ, ਮਾਸ਼ਾਅੱਲਾ ਔਰ ਨਰਮ ਚੁਆ, ਮਾਸ਼ਾਅੱਲਾ। ਮਾਸ਼ਾਅੱਲਾ ਚੋਵੋ ਜੀ ਚੋਵੋ, ਤਸੱਲੀ ਨਾਲ ਚੋਵੋ। ਮਾਸ਼ਾਅੱਲਾ ਚੁਆ ਬਹੁਤ ਮੋਟਾ ਹੈ ਮਾਸ਼ਾਅੱਲਾ, ਬਾਕੀ ਸੌਦੇ ਨਸੀਬਾਂ ਦੇ ਹੋਣਗੇ, ਲੈਣਾ ਦੇਣਾ ਮੁਕੱਦਰ ਹੋਵੇਗਾ, ਗਾਇਆ 'ਚ ਸ਼ੱਕ ਕੋਈ ਨਹੀਂ ਕਿਸੇ ਕਿਸਮ ਦਾ। 100 ਰੁਪਈਆ ਪੂਰੀ ਦੀ ਪੂਰੀ ਖਰੀ ਜਨਾਬ। ਮਾਸ਼ਾਅੱਲਾ ਮਾਸ਼ਾਅੱਲਾ, ਮਿੰਟਾਂ ਸਕਿੰਟਾਂ ਦੇ ਵਿੱਚ ਚੁੱਪਣ ਵਾਲੀ ਵੈੜੀ। ਮਾਸ਼ਾਅੱਲਾ ਜੀ ਦੋਸਤਾਂ ਵੀਰਾਂ ਨੇ ਚੁਆ ਦੇਖਣਾ ਕਿੱਡਾ ਮੋਟਾ ਹੈ ਮਾਸ਼ਾਅੱਲਾ। ਔਰ ਸਫੈਦ ਦੁੱਧ ਦੀ ਮਾਲਕ ਹੈ ਮਾਸ਼ਾਅੱਲਾ, ਕਿਉਂਕਿ ਚੋਲਸਤਾਨੀ ਜਰਸੀ ਕਰਾਸ ਹੈ ਅਤੇ
ਤੇ ਮਿੰਟਾ ਸਕਿੰਟਾ ਚ ਚੁੱਪਣ ਵਾਲੀ ਵੈੜੀ ਹੈ ਮਾਸ਼ਾਅੱਲਾ। ਮੋਟਾ ਚਵਾ ਏਡਾ ਕਦੇ ਵੇਖਿਆ ਹੀ ਨਹੀਂ। ਬਸ ਕਰੋ ਵੱਛੀ ਵਾਸਤੇ ਛੱਡ ਦੇ, ਵੱਛੀ ਵਾਸਤੇ ਛੱਡ ਦੇ, ਬਸ ਕਰ ਵੱਛੀ ਵਾਸਤੇ ਛੱਡ ਦੇ। ਮਾਸ਼ਾਅੱਲਾ ਮਾਸ਼ਾਅੱਲਾ ਜੀ, ਫੈਂਟਾ ਲਾਓ ਜੀ। ਇਹ ਜਨਾਬ ਦੋਸਤਾਂ ਮੇਰਿਆਂ ਨੇ ਵੇਖਣੀ ਹੈ ਤਸੱਲੀ ਨਾਲ ਜਨਾਬ। ਦੁੱਧ ਸਫੈਦ ਦੁੱਧ, ਗਾੜਾ ਦੁੱਧ, ਮਿੱਠਾ ਦੁੱਧ, ਬਾਕੀ ਲੈਣਾ ਦੇਣਾ ਮੁਕੱਦਰ ਸੌਦੇ ਨਸੀਬਾਂ ਦੇ ਹੋਣਗੇ। ਵਿਹੜੀ 'ਚ ਸ਼ੱਕ ਕੋਈ ਨਹੀਂ, ਇਹ ਬਰਕਤ ਹੋ ਗਈ ਜਨਾਬ। ਇੱਕ ਦੋ ਤਿੰਨ ਚਾਰ ਪੰਜ ਛੇ ਸੱਤ ਅੱਠ, 8 ਲੀਟਰ ਦੁੱਧ ਹੋ ਗਿਆ ਜਨਾਬ, 8 ਲੀਟਰ ਦੁੱਧ ਹੋ ਗਿਆ ਜਨਾਬ। ਹੁਣ ਜਨਾਬ ਮਾਲਕ ਨਾਲ ਗੱਲਾਂ ਕਰਾਂਗੇ। ਵੱਛੀ ਵਾਸਤੇ ਖੁੱਲ੍ਹਾ ਛੱਡ ਦਿੱਤਾ ਹੈ, ਇਹ ਦੋਸਤ ਵੀਰ ਵੇਖ ਸਕਦੇ ਨੇ, ਵੱਛੀ ਪੀਂਦੀ ਪਈ ਹੈ। ਸਾਫ਼ ਸੁਥਰੀ ਸੁੱਚੀ ਅਤੇ ਖਰੀ ਵੈੜੀ, ਅੱਲਾ ਦੇ ਫਜ਼ਲ ਦੇ ਨਾਲ ਗਾਇ ਦੀ ਤਸੱਲੀ ਹੋਵੇਗੀ, ਗਰੰਟੀ ਹੋਵੇਗੀ 100% ਪਿੱਛੇ ਵੱਛੀ ਦੂਜਨ ਵੈੜੀ ਮੂੰਹ 6 ਦੰਦ। ਹੁਣ ਮਾਲਕ ਨਾਲ ਗੱਲਾਂ ਕਰਨੀਆਂ। ਅਸਲਾਮ ਵਾਲੇਕੁਮ। ਵਾਲੇਕੁਮ, ਕੀ ਹਾਲ ਹੈ ਭਾਈ ਜਾਨ? ਠੀਕ ਠਾਕ ਹੋ, ਖਰੀਅਤ ਹੈ? ਅੱਛਾ ਮਾਸ਼ਾਅੱਲਾ ਜੀ, ਇਮਤਿਆਜ਼ ਭਾਈ, ਇਮਤਿਆਜ਼ ਇਹਦਾ ਨਾਮ ਜੀ, ਇਮਤਿਆਜ਼। ਇਮਤਿਆਜ਼ ਭਾਈ ਆਪਣੀ ਗਾਇ ਦਿਹਾਈ ਹੈ ਮਾਸ਼ਾਅੱਲਾ, ਇਹ ਦੱਸੋ ਵੀ ਦੂਜਣ ਹੈ ਜੀ? ਦੂਜਣ ਮੂੰਹ 6 ਦੰਦ ਹੈ ਜੀ, ਚਿੱਕੀ ਹੈ, ਪਿੱਛੇ ਵੱਛੀ ਜੀ, ਕੰਨੀਆਂ ਵਾਲੇ ਖੜੇ ਨੇ ਜੀ, ਕੰਨੀਆਂ ਵਾਲੇ ਖੜੇ ਨੇ ਜੀ, ਪਿੱਛੇ ਵੱਛੀ ਹੈ ਤੇ ਸੂਈ ਨਾਲ ਇੰਜ। ਤੀਸਰਾ ਦਿਨ ਹਾਂ ਜੀ, ਤੀਸਰਾ, ਤੀਸਰਾ ਦਿਨ ਲਾੜਵਾ ਨਾਲ ਹੈ ਆਪਣੇ। ਠੀਕ ਹੋ ਗਿਆ ਮਾਸ਼ਾਅੱਲਾ, ਇਸ ਗਾਇ ਨੂੰ ਕੋਈ ਮਸਲਾ ਮਸਾਇਲ ਕਿਸੇ ਤਰ੍ਹਾਂ ਦਾ ਨਹੀਂ ਲੱਗਦਾ? ਇਹ ਚੋਲਸ ਤਾਂ ਨਹੀਂ, ਜਰਸੀ ਕਰਾਸ? ਜੀ, ਜਰਸੀ ਕਰਾਸ। ਬਿਲਕੁਲ ਠੀਕ ਹੋ ਗਿਆ। ਦੁੱਧ ਆਪਾਂ ਕੱਢਿਆ 8 ਲੀਟਰ ਜੀ, ਗਾਇ ਕੋਲੇ ਟਾਈਮ ਤੋਂ ਟਾਈਮ 16 ਲੀਟਰ ਦੁੱਧ ਮੌਜੂਦ ਹੈ। ਅੱਲਾ ਦੇ ਹੁਕਮ ਨਾਲ ਪੱਕਾ 16 ਲੀਟਰ ਤੋੜ, ਜਿੰਨੀਆਂ ਮਰਜ਼ੀ ਚੁਆਈਆਂ ਲਵੇ, ਜਿੰਨੀਆਂ ਮਰਜ਼ੀ ਕੋ ਚੁਆਈਆਂ ਲਵੇ ਭਾਈ ਜਾਨ। ਕੋਈ ਬਿਮਾਰੀ ਦੀ ਗਰੰਟੀ ਹੋਵੇ? ਹਰ ਤਰ੍ਹਾਂ ਦੀ ਗਰੰਟੀ, ਬਿਮਾਰ ਨਾ ਹੋਵੇ, ਦੁੱਧ ਕਿਲੋ ਕੱਢ ਦੇ ਦੇਵੇ, ਹਰ ਤਰ੍ਹਾਂ ਦੀ ਗਰੰਟੀ। ਬਾਕੀ ਦੁੱਧ ਹੁੰਦਾ ਪਾਏ ਦਾ ਹੀ ਹੈ, ਜਾਨਵਰ 'ਚ ਐਬ ਨਹੀਂ ਹੋਏਗਾ, ਜਾਨਵਰ 'ਚ ਮਸਲਾ ਨਹੀਂ ਹੋਏਗਾ, ਜਾਨਵਰ ਖਰਾ ਕਰਾਂਗੇ, ਸੁੱਚਾ ਕਰਾਂਗੇ, ਸਿਹਤਮੰਦ ਕਰਾਂਗੇ, ਬਾਕੀ ਦੁੱਧ ਪਾਏਗਾ ਜੀ। ਠੀਕ ਹੈ, ਠੀਕ ਹੈ। ਬਾਕੀ ਵੈੜ ਵੀ, ਡੰਗਰ ਵੀ ਮਾਸ਼ਾਅੱਲਾ, ਮਾਸ਼ਾਅੱਲਾ, ਸਾਰੀ ਦੁੱਧ ਵਾਲੀ ਹੈ। ਇਹਦਾ ਪਿਆਰ ਮੁਹੱਬਤ ਵਾਲਾ ਮੁੱਲ ਦੱਸ ਦੇ ਮੇਰਾ ਭਾਈ। ਫਾਈਨਲ ਜੀ, ਫਾਈਨਲ ਜੀ, 1,95,000। 1,95,000 ਜੀ, 95, 1,95,000 ਦੇ ਵਿੱਚੋਂ ਪਿਆਰ ਮੁਹੱਬਤ ਹੋ ਜਾਏਗਾ? ਹੋ ਜਾਏਗਾ, ਕਰਨਾ ਪੈਣਾ, ਬੜੀ ਮਿਹਰਬਾਨੀ। ਲਓ ਜੀ ਦੋਸਤੋ, 1,95,000 ਰੁਪਇਆ ਗਾਇ ਦਾ ਮੁੱਲ ਹੈ। ਗਾਇ ਦਾ ਮੁੱਲ ਨਹੀਂ, ਨਾ ਦੁੱਧ ਦਾ ਮੁੱਲ ਹੈ, ਨਾ ਕਰਾਸ ਦਾ ਮੁੱਲ ਹੈ, ਗਾਇ ਦੇ ਖੁਰਾਂ ਦਾ ਮੁੱਲ ਹੈ। ਸੋਨਾ ਲੈਣਾ ਤੇ ਮੇਰਾ ਐਨੀਮਲ ਟੀਵੀ ਤੋਂ ਲੈਣਾ, ਪਿੱਤਲ ਲੈਣਾ ਤੇ ਜੱਗ ਸਾਰਾ ਪੈ ਜਿੱਥੋਂ ਮਰਜ਼ੀ ਲੈ ਲੈਣਾ, ਇਹ ਮੇਰਾ ਐਨੀਮਲ ਟੀਵੀ ਦੀ ਆਵਾਜ਼ ਹੈ। ਮਿਆਰ ਚਾਹੀਦਾ, ਮਿਆਰ ਲੈਣਾ ਤੇ ਮੇਰਾ ਐਨੀਮਲ ਟੀਵੀ ਦਾ ਇੰਤਖਾਬ ਕਰਨਾ। ਲੋਕੇਸ਼ਨ ਹੈ ਜਨਾਬ, ਜ਼ਿਲ੍ਹਾ ਪਾਕਪਤਨ ਸ਼ਰੀਫ, ਪਾਕਿਸਤਾਨ, ਜ਼ਿੰਦਾਬਾਦ।